स्वागत है किसान वीरो तुहाडा यूट्यूब चैनल सिदक डेयरी फार्मिंग दे विच। किसान वीरो अज जिहड़ी वीडियो बना रहे हैं बूरी दे शकीन वीरां वास्ते पिंड सूरे वाला दोस्तों ये हरी के कलां दे नेड़े रह जांदा है। एक पासे आसा बुटर भी पिंड नेड़े आ जांदा है। इस घर दे विचों पहलां भी एक वीडियो बनाई सी उदों बूरी मज इन्हां कोल उस टाइम सीगी ओ वीडियो तो बाद च दोस्तों सेल हो गई सी। अज जिहड़ी बूरी दी वीडियो बना रहे हैं दोस्तों ये मगर कट्टी भी जिहड़ी ओह बूरी है। सो आओ आपां बाई नाल इहदे बारे गलबात करदे हां। विकाऊ है इह दी डिटेल पहलां पुछ लैणे फिर तुहानूं तोर के भी दिखावांगे। बाई सति श्री अकाल। सति श्री अकाल। नाम दस्सी वीर बेअंत सिंह है जी। बेअंत सिंह अज फिर आपां दूजी बूरी दी वीडियो बनाउण लगे हां। हां जी ठीक है। इह कदों सूई है वीर? इह रात सूई है जी। रात ही सूई है। जेर पै गई इहदी? हां जी पै गई। ठीक है। पहली चवाई जिहड़ी उह कदों कीती है जी? पहली चवाई सुबह 8 बजे कीती है जी। अज सुबह 8 बजे? हां जी ठीक है। बच्चा कट्टी है? हां जी कट्टी है जी। ठीक है। कनवा सूआ सूई है? इह तीजा सूआ सूई है। तीजा सूआ सूई है। हां जी ठीक है। ਤੇ ਇਹ ਕਿੰਨਾ ਕਿਲੋ ਦੁੱਧ ਵਾਲੀ ਮੱਝ ਹੈ ਬਾਈ? ਦੂਜੇ ਸੂਏ ਚ ਦੁੱਧ ਕਿੰਨਾ ਸੀ? ਦੂਜੇ ਸੂਏ ਜੀ ਅਸੀਂ 14 ਕਿਲੋ ਦੁੱਧ ਇਹਦਾ ਚੋਇਆ ਜੀ। ਦੂਜੇ ਸੂਏ 14 ਕਿਲੋ ਚੋਇਆ? ਹਾਂਜੀ ਹਾਂਜੀ ਠੀਕ ਹੈ। ਤੇ ਹੁਣ ਇਹਦਾ ਰੇਟ ਵੀਰ ਜੀ ਕੀ ਰੱਖਿਆ? ਰੇਟ ਇਹਦਾ ਜੀ 90,000 ਰੁਪਏ। 90,000 ਠੀਕ ਹੈ ਦੋਸਤੋ। ਕੱਦ ਕਾਠ ਉੱਚਾ ਲੰਬਾ ਇਹ ਥੋੜੀ ਜੀ ਲਿੱਸੀ ਲੱਗਦੀ ਹੈ ਇਹ ਮਤਲਬ ਲੇਟ ਤੱਕ ਚੋਈ ਜਾਂ ਕੀ ਕਰਾਂ? ਹਾਂਜੀ ਇਹ ਜੀ ਬਸ ਇਹਨੂੰ ਸਿਰਫ ਮਹੀਨੇ ਦੇ ਵਿੱਚ ਹੀ ਦਿਨ ਹੋਏ ਆ ਜਿਹੜੀ ਚੋਣੋ ਛੱਡੀ ਆ ਅਸੀਂ ਜਦੋਂ ਲਾਲਚ ਕਰਕੇ ਫਿਰ ਨਾ। ਹਾਂਜੀ ਹਾਂਜੀ ਵੈਸੇ 65 ਦਿਨ ਜ਼ਰੂਰੀ ਹੁੰਦਾ ਪਸ਼ੂ ਨੂੰ। ਹਾਂਜੀ ਹਾਂਜੀ ਇਹ ਸੀਲ ਠੰਡੀ ਬਹੁਤ ਹੈ ਜੀ ਕਿਉਂਕਿ ਦਿਨਾਂ ਤੱਕ ਅਸੀਂ ਚੋਈ ਗਏ ਆ ਇਹ ਭੱਜੀ ਨਹੀਂ ਅਸੀਂ ਚੋਣੋ ਹਟੇ ਨਹੀਂ। ਅੱਛਾ ਠੀਕ ਹੈ ਦੋਸਤੋ ਇਹ ਜ਼ਰੂਰ ਧਿਆਨ ਚ ਲਿਆ ਦੇਣਾ ਵੀ 65 ਦਿਨ ਇੱਕ ਪਸ਼ੂ ਨੂੰ ਜ਼ਰੂਰੀ ਹੁੰਦੇ ਆ ਦੇਣੇ ਚਾਹੀਦੇ ਆ। ਫਿਰ ਵੀ 1 ਮਹੀਨਾ ਇਸ ਮੱਝ ਨੂੰ ਮਿਲਿਆ ਬਾਈ ਜੀ ਦੇ ਦੱਸਣ ਮੁਤਾਬਕ। ਬਾਕੀ ਦੋਸਤੋ ਸਿੰਘ ਮੂੰਹ ਮੱਥੇ ਦੀ ਬਹੁਤ ਸੋਹਣੀ ਮੱਝ ਬੂਰਾ ਰੰਗ ਹੈ। ਨਵਾਈ ਇਸ ਲਈ ਨਹੀਂ ਕਿਉਂਕਿ ਇਹ ਸਵੇਰ ਹੀ ਸੂਈ ਹੈ ਰਾਤ ਸੂਈ ਹੈ। ਬਾਈ ਦੱਸਦਾ ਸੀ ਵੀ 1 ਵਜੇ ਇਹ ਸੂਈ ਹੈ। ਸਵੇਰ 8 ਵਜੇ ਦੀ ਪਹਿਲੀ ਚਵਾਈ ਹੋਈ ਹੈ। ਕੱਟੀ ਦੇਖ ਸਕਦੇ ਹੋ ਨਾੜੂਆ ਵੀ ਤੁਹਾਨੂੰ ਦੱਸੂਗਾ ਦੋਸਤੋ ਇਹ ਅਜੇ ਥੋੜੇ ਟਾਈਮ ਦੀ ਕੱਟੀ ਹੈ। ਆਪਦੀ ਮਾਂ ਅਰਗੀ ਹੈ ਦੋਸਤੋ ਸੋਹਣੀ ਕੱਟੀ ਅੱਗੇ ਜਿਹੜੀ ਇਹ ਝੋਟੀ ਤਿਆਰ ਹੋਣੀ ਹੈ ਖੋਲੀ ਪਈ ਨੂੰ। 90,000 ਡਿਮਾਂਡ ਹੈ। ਬੂਰਾ ਰੰਗ ਹੈ। ਹਵਾਨਾ ਦੋਸਤੋ ਹਜੇ ਕਿਉਂਕਿ ਬੌਲੇ ਦੇ ਵਿੱਚ ਹੀ ਹੈ ਹਜੇ ਹੁਣ ਹੀ ਸੂਈ ਹੈ ਤਾਂ ਅਜੇ 2-4 ਦਿਨ ਇਹ ਲੈ ਜੂਗੀ ਪੂਰਾ ਜਿਹੜਾ ਜਦੋਂ ਪੱਠੇ ਨੀਰਾ ਖਾਊਗੀ ਜਾਂ ਹਵਾਨਾ ਭਰਨਾ ਸ਼ੁਰੂ ਕਰੂਗੀ। ਬਹੁਤ ਸੋਹਣੇ ਹਵਾਨੇ ਦੀ ਹੈ। ਥਣ ਦਾ ਸਾਈਜ਼ ਵੀ ਚੰਗਾ। ਬਾਕੀ ਹਜੇ ਤਾਜ਼ੀ ਸੂਈ ਕਰਕੇ ਉਹਨਾਂ ਹਵਾਨਾ ਨੇ ਦਿਖਾਉਣਾ ਨਹੀਂ ਗਾ। ਕਮਾਲਾ ਬਈ ਬੰਦ। ਸੋ ਜਿਹੜੇ ਵੀਰ ਦੇ ਮੱਝ ਪਸੰਦ ਆਉਂਦੀ ਹੈ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਬੂਰੀਆਂ ਦੋਸਤੋ ਘੱਟ ਮਿਲਦੀਆਂ ਅਤੇ ਆਮ ਤੌਰ 'ਤੇ ਇਹਨਾਂ ਦੀ ਮੰਗ ਪੰਜਾਬ ਦੇ ਵਿੱਚ ਬਹੁਤ ਰਹਿੰਦੀ ਹੈ ਕਿਉਂਕਿ ਪਹਿਲਾਂ ਤੋਂ ਹੀ ਬੂਰੀਆਂ ਜਿਹੜੀਆਂ ਉਹਨਾਂ ਦਾ ਟ੍ਰੈਂਡ ਰਿਹਾ ਪੰਜਾਬ ਦੇ ਵਿੱਚ। ਹਰੇਕ ਘਰੇ ਲਗਭਗ ਕੋਸ਼ਿਸ਼ ਹੁੰਦੀ ਹੈ ਵੀਰਾਂ ਦੀ ਵੀ 1 ਅੱਧੀ ਬੂਰੀ ਹੋਵੇ। ਸੋ ਥਣ ਹਵਾਨਾ ਦੋਸਤੋ ਇਹਦਾ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ। ਠੰਡੀ ਸੀਲ ਮੱਝ ਹੈ। ਜੇ ਕਿਸੇ ਵੀਰ ਨੇ ਸੀਲ ਮੱਝ ਖਰੀਦਣੀ ਹੋਵੇ ਤਾਂ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ। ਨੰਬਰ 22 ਦਾ ਸਕਰੀਨ ਉੱਤੇ ਚੱਲ ਰਿਹਾ। ਥਣ ਦੋਸਤੋ ਤੁਹਾਨੂੰ ਜ਼ਰੂਰ ਦਿਖਾ ਦੇਣਾ। ਸਾਈਜ਼ ਬਹੁਤ ਸੋਹਣਾ। ਬਾਕੀ ਬਹੁਤ ਸੋਹਣੇ ਮੂੰਹ ਮੱਥੇ ਦੀ ਇਹ ਝੋਟੀ ਹੈ। ਤੀਜਾ ਸੂਆ ਸੂਈ ਹੈ। ਧੰਨਵਾਦ ਦੋਸਤੋ ਵੀਡੀਓ ਦੇਖਣ ਵਾਸਤੇ। ਜਿਹੜੇ ਵੀਰ ਨੂੰ ਇਹ ਮੱਝ ਪਸੰਦ ਆਉਂਦੀ ਹੈ ਆ ਕੇ ਆਪਦੀ ਤਸੱਲੀ ਕਰ ਲਓ। ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ।